ਬ੍ਰੇਕਫਾਸਟ ਸਾਰੇ ਦਰਸ਼ਕਾਂ ਦਾ ਸਵਾਗਤ। ਖਬਰਾਂ ਦੇ ਸਿਲਸਿਲੇ ਨੂੰ ਤੋਰਦਿਆਂ ਅੱਗੇ ਤਰਨ ਤਾਰਨ ਦੇ ਪਿੰਡ ਸੰਗਤਪੁਰਾ ਦੇ ਵਿੱਚ ਇੱਕ ਹਾਦਸਾ ਵਾਪਰਿਆ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਲੈਂਟਰ ਅਚਾਨਕ ਡਿੱਗ ਗਿਆ। ਮਲਬੇ ਹੇਠਾਂ ਕਈ ਲੋਕ ਦੱਬੇ ਦੱਸੇ ਜਾ ਰਹੇ ਨੇ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਰਾਹਤ ਬਚਾਅ ਕਾਰਜ ਇੱਥੇ ਚਲਾਇਆ ਗਿਆ ਅਤੇ ਜਿਹੜੇ ਲੋਕ ਇੱਥੇ ਮਲਬੇ ਹੇਠਾਂ ਦੱਬੇ ਗਏ ਸੀ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿਹਾ ਦੱਸਿਆ ਜਾ ਰਿਹਾ ਕਿ ਅਚਾਨਕ ਇੱਥੇ ਲੈਂਟਰ ਹੀ ਹੇਠਾਂ ਡਿੱਗ ਗਿਆ। ਥੱਲੇ ਲੋਕ ਮੌਜੂਦ ਸੀ, ਮਲਬੇ ਹੇਠਾਂ ਕਈ ਲੋਕ ਦੱਬੇ, ਉਹਨਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ। ਕੀ ਹੈ ਉਹਨਾਂ ਦਾ ਹਾਲ, ਜ਼ਖਮੀਆਂ ਦਾ ਇਸ ਵੇਲੇ ਹਾਲ ਕੀ ਹੈ ਅਤੇ ਉੱਥੇ ਇਸ ਵੇਲੇ ਕੀ ਅਪਡੇਟ ਜਾਣਨ ਲਈ ਸਿੱਧਾ ਰੁਕਰਾਂਗੇ ਸਾਡੇ ਨਾਲ ਸਾਡੇ ਸਹਿਯੋਗੀ ਪਵਨ ਇਸ ਵੇਲੇ ਫੋਨ ਲਾਈਨ 'ਤੇ ਸਾਡੇ ਨਾਲ ਜੁੜ ਰਹੇ ਨੇ। ਪਵਨ, ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਸੰਗਤਪੁਰਾ ਦੇ ਵਿੱਚ ਕੀ ਕੁਝ ਹੋਇਆ। ਜੀ, ਅੱਜ ਉੱਥੇ ਗੁਰਦੁਆਰਾ ਧੰਨ ਧੰਨ ਬਾਬਾ ਦਰਸ਼ਨ ਦਾਸ ਜੀ ਉਦਾਸੀ ਡੇਰਾ ਵਾ, ਜਿੱਥੇ ਉੱਥੇ ਅੱਜ ਦੀਵਾਨ ਹਾਲ ਲੈਂਟਰ ਪਾਇਆ ਜਾ ਰਿਹਾ ਸੀ। ਲੈਂਟਰ ਪਾਉਣ ਤੋਂ ਬਾਅਦ ਅਚਾਨਕ ਹੀ ਜਿਹਾ ਲੈਂਟਰ ਦੇਖ ਪਿਆ, ਜਿਹੜੀ ਸੰਗਤ ਥੱਲੇ ਉਹਦੇ ਲਿਆ ਸੀ ਉਹ ਜਿਹੜੇ ਥੱਲੇ ਆ ਗਈ, ਜਿਹਨਾਂ ਦੇ ਵਿੱਚੋਂ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ 8 ਤੋਂ 10 ਜਿਹੜੇ ਲੋਕ ਹੈ ਉਹਨਾਂ ਨੂੰ ਕੱਢ ਲਿਆ ਗਿਆ। ਉਹਨਾਂ ਨੂੰ ਕੱਢ ਕੇ ਜਿਹੜਾ ਆਪਣੇ ਵੱਖ ਵੱਖ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਔਰ ਬਾਕੀ ਹਾਲੇ ਵੀ ਲੈਂਟਰ ਦਾ ਮਲਬਾ ਢੋਣ ਦੀ ਕੋਸ਼ਿਸ਼ ਹੈ ਕਿ ਦੇਖਿਆ ਜਾ ਰਿਹਾ ਕਿ ਕੋਈ ਬੰਦਾ ਥੱਲੇ ਤੇ ਨਹੀਂ ਹੈਗਾ। ਪਰ ਪਹਿਲਾਂ ਦੱਸ ਦਈਏ ਕਿ ਹੁਣ ਤੱਕ ਕੋਈ ਵੀ ਕੈਜੂਅਲਟੀ ਨਹੀਂ ਹੋਈ, ਕਿਸੇ ਦੀ ਵੀ ਮੌਤ ਨਹੀਂ ਹੋਈ, ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਵਨ, ਤੁਸੀਂ ਬਣੇ ਰਹੋ ਸਾਡੇ ਨਾਲ। ਐਸੇ ਵਿਚਾਲੇ ਜਿਹੜੀਆਂ ਤਸਵੀਰਾਂ ਇਸ ਵੇਲੇ ਸਾਡੀ ਟੀਵੀ ਸਕਰੀਨ 'ਤੇ ਅਸੀਂ ਵੇਖ ਪਾ ਰਹੇ ਹਾਂ, ਜੇਸੀਬੀ ਦੀ ਮਦਦ ਦੇ ਨਾਲ ਇੱਥੇ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਫੀ ਜ਼ਿਆਦਾ ਲੋਕ ਇੱਥੇ ਇਕੱਠੇ ਹੋਏ। ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਦੱਸ ਦਈਏ, ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਲੈਂਟਰ ਯਕਦਮ ਅਚਾਨਕ ਹੇਠਾਂ ਅੱਡ ਗਿਆ। ਥੱਲੇ ਲੋਕ ਮੌਜੂਦ ਸੀ, 12 ਦੇ ਕਰੀਬ ਲੋਕ ਮਲਬੇ ਹੇਠਾਂ ਦੱਬੇ, ਉਹਨਾਂ ਨੂੰ ਸੱਟਾਂ ਲੱਗੀਆਂ ਨੇ, ਹਸਪਤਾਲ ਦਾਖਲ ਕਰਵਾਇਆ ਗਿਆ। ਰੈਸਕਿਊ ਦਾ ਕੰਮ ਇਸ ਵੇਲੇ ਜਾਰੀ ਹੈ ਅਤੇ ਮਸ਼ੀਨਾਂ ਦੇ ਨਾਲ ਨਾਲ ਲੋਕ ਇੱਥੇ ਆਪਣੇ ਹੱਥਾਂ ਦੇ ਨਾਲ ਸਲੈਬਾਂ ਨੂੰ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜੋ ਜੇਕਰ ਇੱਥੇ ਹਾਲੇ ਵੀ ਕੋਈ ਦੱਬਿਆ ਹੋਇਆ ਤਾਂ ਉਸਨੂੰ ਬਾਹਰ ਕੱਢਿਆ ਜਾ ਸਕੇ। ਪਵਨ, ਸਾਡੇ ਸਹਿਯੋਗੀ ਸਾਡੇ ਨਾਲ ਲਗਾਤਾਰ ਫੋਨ ਲਾਈਨ 'ਤੇ ਮੌਜੂਦ ਨੇ। ਪਵਨ, ਇਸ ਵੇਲੇ ਕੀ ਹੋਰ ਵੀ ਲੋਕ ਮਲਬੇ ਹੇਠਾਂ ਦੱਬੇ ਹੋਏ ਦੱਸੇ ਜਾ ਰਹੇ ਨੇ ਜਾਂ ਸਾਰੇ ਲੋਕਾਂ ਨੂੰ ਕੱਢ ਲਿਆ ਗਿਆ? ਫਿਲਹਾਲ 8 ਤੋਂ 10 ਲੋਕ ਕੱਢੇ ਗਏ ਨੇ, ਜੋ ਬਾਕੀ ਜੋ ਮਲਬਾ ਪਿਆ ਹੈ ਉਸਨੂੰ ਹਾਲੇ ਪ੍ਰਸ਼ਾਸਨ ਵੱਲੋਂ ਢਾਇਆ ਜਾ ਰਿਹਾ, ਦੇਖਿਆ ਜਾ ਰਿਹਾ ਕਿ ਕੋਈ ਬੰਦਾ ਹੋਰ ਥੱਲੇ ਹੈ ਤਾਂ ਨਹੀਂ। ਹਾਲੇ ਹੈ ਇਹ ਸਥਿਤੀ, ਹਾਲੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ, ਪਰ ਲੇਕਿਨ ਫਿਲਹਾਲ 8 ਤੋਂ 10 ਲੋਕਾਂ ਨੂੰ ਕੱਢ ਲਿਆ ਗਿਆ ਜਿਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ। ਪਰ ਅਚਾਨਕ ਕੀ ਕਾਰਨ ਦੱਸਿਆ ਜਾ ਰਿਹਾ ਕਿ ਅੰਡਰ ਕੰਸਟਰਕਸ਼ਨ ਸੀ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ, ਇੱਥੇ ਅੰਡਰ ਕੰਸਟਰਕਸ਼ਨ ਸੀ, ਕੰਸਟਰਕਸ਼ਨ ਚੱਲ ਰਹੀ ਸੀ, ਜਾਂ ਮੀਂਹ ਪੈਣ ਕਰਕੇ ਇੱਥੇ ਨੀਹਾਂ ਕਮਜ਼ੋਰ ਹੋ ਗਈਆਂ, ਕੀ ਵਜ੍ਹਾ ਕੀ ਦੱਸੀ ਜਾ ਰਹੀ ਹੈ ਪਵਨ? ਜੀ ਨਹੀਂ, ਅੱਜ ਜੇ ਦੀਵਾਨ ਹਾਲ ਦਾ ਲੈਂਟਰ ਜਾਂ ਤਾਜ਼ਾ ਨਵਾਂ ਲੈਂਟਰ ਪਾਇਆ ਜਾ ਰਿਹਾ ਸੀ, ਜੇ ਨਵਾਂ ਲੈਂਟਰ ਦਾ ਦੱਸਿਆ ਜਾ ਰਿਹਾ ਕਿ ਕੰਮ ਕੰਪਲੀਟ ਹੋਇਆ ਤਾਂ ਅਚਾਨਕ ਹੀ ਜਿਹੜਾ ਉਹ ਲੈਂਟਰ ਪਾਇਆ ਸੀ ਉਹ ਡਿੱਗ ਗਿਆ, ਜਿਸ ਦੇ ਕਾਰਨ ਇਹ ਹਾਦਸਾ ਵਾਪਰ ਗਿਆ, ਜਿਸ ਦੇ ਕਾਰਨ ਕੁਝ ਜਿਹੜੇ ਲੋਕ ਆ ਉਹਦੇ ਥੱਲੇ ਆ ਗਏ, ਜਿਹਨਾਂ ਨੂੰ ਜਿਹਨਾਂ ਵਿੱਚੋਂ 8 ਤੋਂ 10 ਲੋਕਾਂ ਨੂੰ ਕੱਢ ਲਿਆ ਗਿਆ। ਬਾਕੀ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਕਿ ਕੋਈ ਅੰਦਰ ਹੈ ਤਾਂ ਨਹੀਂ, ਜਾਂ ਮਲਬੇ ਦੇ ਥੱਲੇ ਕੋਈ ਹੈ ਤਾਂ ਨਹੀਂ, ਪਰ ਹਾਲੇ ਲੋਕਾਂ ਉਹਨਾਂ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ। ਪਰ ਇੱਥੇ ਕਾਫੀ ਜ਼ਿਆਦਾ ਲੋਕ ਹਾਲੇ ਵੀ ਇਕੱਠੇ ਹੋਏ ਵਿਖਾਈ ਦੇ ਰਹੇ, ਕਿ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ, ਕੋਈ ਅਫਸਰ ਇੱਥੇ ਪਹੁੰਚੇ, ਜਾਂ ਫਿਰ ਹੋਰ ਰੈਸਕਿਊ ਦੀਆਂ ਟੀਮਾਂ NDRF ਦੀ ਲੋੜ ਪੈ ਸਕਦੀ ਹੈ, ਅਜਿਹੀ ਕੋਈ ਦਰਖਾਸਤ ਭੇਜੀ ਗਈ ਹੈ? ਪਵਨ ਜੀ, ਨਹੀਂ, ਇੱਥੇ ਫਿਲਹਾਲ ਜਿਹੜੇ ADC ਵਿਕਾਸ, SGM ਖਰੂਰ ਸਾਹਿਬ, SDM ਪੱਟੀ, ਇਹ ਅਧਿਕਾਰੀ ਪਹੁੰਚੇ ਹੋਏ ਨੇ। ਉਹਨਾਂ ਵੱਲੋਂ ਨਾਲ ਪੁਲਿਸ ਦੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੋਏ ਆ, ਉਹਨਾਂ ਵੱਲੋਂ ਜਿਹੜਾ ਮਲਬੇ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕਾਫੀ ਜ਼ਿਆਦਾ ਨੁਕਸਾਨ ਹੋਇਆ। ਪਵਨ, ਇੱਥੇ ਇੱਕ ਵਾਰ ਮੁੜ ਤੋਂ ਆਪਣੇ ਦਰਸ਼ਕਾਂ ਨੂੰ ਦੱਸ ਦਿਓ, ਤੁਸੀਂ ਬਣੇ ਰਹੋ ਸਾਡੇ ਨਾਲ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਇੱਥੇ ਹੋਇਆ ਕੀ ਹੈ। ਤਰਨ ਤਾਰਨ ਦਾ ਪਿੰਡ ਸੰਗਤਪੁਰ ਹੈ, ਦੱਸਿਆ ਜਾ ਰਿਹਾ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਲੈਂਟਰ ਪੈ ਰਿਹਾ ਸੀ। ਲੈਂਟਰ ਅਚਾਨਕ ਹੇਠਾਂ ਡਿੱਗਣ ਕਾਰਨ 10 ਤੋਂ 12 ਲੋਕ ਇੱਥੇ ਹੇਠਾਂ ਦੱਬੇ ਗਏ। ਹਾਲਾਂਕਿ ਕੁਝ ਹੋਰ ਲੋਕ ਵੀ ਹੋ ਸਕਦੇ ਨੇ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 10 ਤੋਂ 12 ਲੋਕ ਤਾਂ ਕੱਢੇ ਗਏ ਨੇ, ਹੋਰ ਵੀ ਕੀ ਲੋਕ ਇੱਥੇ ਮੌਜੂਦ ਹੋਣ, ਇਸ ਬਾਰੇ ਹਾਲੇ ਤਸਵੀਰ ਸਾਫ਼ ਨਹੀਂ ਹੋ ਪਾ ਰਹੀ, ਕਿਉਂਕਿ ਪਤਾ ਨਹੀਂ ਸੀ ਕਿ ਅਜਿਹਾ ਕੋਈ ਹਾਦਸਾ ਵਾਪਰ ਵੀ ਸਕਦਾ, ਕਿਉਂਕਿ ਲੈਂਟਰ ਤਾਂ ਹਾਲੇ ਪੈ ਹੀ ਰਿਹਾ ਸੀ, ਲੋਕ ਉੱਥੇ ਮੌਜੂਦ ਸੀ।
10 12 ਲੋਕ ਹਲੇ ਬਾਹਰ ਕੱਢ ਲੈ ਗਏ। ਉਸ ਤੋਂ ਬਾਅਦ ਲਗਾਤਾਰ ਪਿੰਡ ਦੇ ਲੋਕ, ਪਿੰਡ ਦੇ ਵਸਨੀਕ ਇੱਥੇ ਪਹੁੰਚ ਰਹੇ ਨੇ। ਜੀਸੀਬੀ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ, ਸਾਡੇ ਸਹਿਯੋਗੀ ਜਿਸ ਤਰ੍ਹਾਂ ਕਿ ਦੱਸ ਰਹੇ ਸੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਨੇ, ਪੁਲਿਸ ਪਹੁੰਚੀ ਹੈ, ਜੀਸੀਬੀ ਦੀਆਂ ਮਸ਼ੀਨਾਂ ਪਹੁੰਚੀਆਂ ਨੇ ਅਤੇ ਲਗਾਤਾਰ ਰੈਸਕਿਊ ਦਾ ਕੰਮ ਕੀਤਾ ਜਾ ਰਿਹਾ। ਬੇਹੱਦ ਮੰਦਭਾਗੀ ਇਹ ਖਬਰ ਇੱਥੇ ਵੇਖਣ ਨੂੰ ਮਿਲ ਪਾ ਰਹੀ ਹੈ। 10 ਤੋਂ 12 ਲੋਕ ਇੱਥੇ ਜ਼ਖਮੀ ਹਾਲਤ ਦੇ ਵਿੱਚ ਮਲਬੇ ਹੇਠੋਂ ਕੱਢੇ ਗਏ ਨੇ। ਸਾਡੇ ਸਹਿਯੋਗੀ ਪਵਨ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਪਵਨ, ਕਿ ਇਹਨਾਂ ਜ਼ਖਮੀਆਂ ਦੇ ਵਿੱਚੋਂ ਕਿਸੇ ਦੀ ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ, ਕੋਈ ਜਾਨੀ ਨੁਕਸਾਨ ਵੀ ਦੱਸਿਆ ਜਾ ਰਿਹਾ, ਕੀ ਹੈ ਸਥਿਤੀ? ਜੀ ਬਿਲਕੁਲ, ਮਾਕੀ ਜੋ ਜ਼ਖਮੀ ਲੋਕ ਨੇ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਹੀ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ, ਕਿਉਂਕਿ ਜੋ ਮਲਬੇ ਦੇ ਖਾਏ ਨੇ ਉਹਨਾਂ ਗਹਿਰੀਆਂ ਸੱਟਾਂ ਲੱਗੀਆਂ ਨੇ। ਪਰ ਫਿਲਹਾਲ ਦੱਸ ਦਈਏ ਕਿ ਫਿਲਹਾਲ ਕੋਈ ਵੀ ਕਿਸੇ ਕਿਸਾਨ ਦਾ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਵੱਖ ਵੱਖ ਹਸਪਤਾਲਾਂ ਦੇ ਵਿੱਚ ਕੀਤਾ ਜਾ ਰਿਹਾ ਹੈ। ਬਿਲਕੁਲ ਵਾਕਿਆ ਜੀ, ਸਮਝਿਆ ਜਾ ਸਕਦਾ ਹੈ ਕਿ ਇੱਥੇ ਜਲਦ ਤੋਂ ਜਲਦ ਰੈਸਕਿਊ ਹੋਰ ਤੇਜ਼ ਕਰਨ ਦੀ ਲੋੜ ਹੈ, ਜੇਕਰ ਕੋਈ ਵੀ ਇੱਥੇ ਮਲਬੇ ਹੇਠਾਂ ਦੱਬਿਆ ਹੈ ਤਾਂ ਉਸਨੂੰ ਬਾਹਰ ਕੱਢਿਆ ਜਾ ਸਕੇ। ਬੇਹੱਦ ਸ਼ੁਕਰੀਆ ਪਵਨ, ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ। ਇਸ ਖਬਰ ਦੇ ਉੱਪਰ ਅੱਗੇ ਵੀ ਅਪਡੇਟ ਆਪਣੇ ਦਰਸ਼ਕਾਂ ਨੂੰ ਦਿੰਦੇ ਰਹਾਂਗੇ। ਫਿਲਹਾਲ